ਸਸੀਗਾ ਜੀ ਸਸੀ ਕੀ ਨਾਮ ਹੈ ਤੁਹਾਡਾ ਮੇਰਾ ਵਿਕਰਮ ਸਿੰਘ ਕਿੱਥੋਂ ਆਏ ਤੁਸੀਂ ਮੈਂ ਮੰਡੀ ਗੁੰਦਗੜ ਤੋਂ ਆਇਆ ਮੰਡੀ ਗੁੰਦਗੜ ਇਹ ਬਵਾਸੀਰ ਦੀ ਦਿੱਕਤ ਤੁਹਾਨੂੰ ਕਦੋਂ ਤੋਂ ਸੀ ਮੈਨੂੰ 2014 ਤੋਂ ਇਹ ਪ੍ਰੋਬਲਮ ਆ ਅੱਛਾ 2014 ਤੋਂ ਤੁਹਾਨੂੰ ਇਹ ਪ੍ਰੋਬਲਮ ਸੀ ਕਿਹਦਾ ਦਿਖਾਇਆ ਨਹੀਂ ਪਹਿਲਾਂ ਤੁਸੀਂ ਦਿਖਾਇਆ ਜੀ ਮੈਂ 3-4 ਜਗ੍ਹਾ ਦਿਖਾਇਆ ਕਿੱਥੇ ਦਿਖਾਇਆ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਹੀ ਆਪਣਾ ਆਮਨ ਹਸਪੀਟਲ ਆਪਣਾ ਖੰਨੇ ਅੱਛਾ ਬਵਾਸੀਰ ਅੱਛਾ ਜੀ ਉੱਥੇ ਦਿਖਾਇਆ ਠੀਕ ਹੈ ਉੱਥੇ ਦਿਖਾਇਆ ਤੇ ਕੀ ਦੱਸਿਆ ਉਹਨਾਂ ਨੇ ਉਹਨਾਂ ਨੇ ਆਪਰੇਸ਼ਨ ਦੱਸਿਆ ਸੀ ਕਿ ਠੀਕ ਹੈ ਤੇ ਪੈਸੇ ਦੀ ਪ੍ਰੋਬਲਮ ਕਰਕੇ ਮੈਂ ਨਹੀਂ ਕਰਾ ਪਾਇਆ ਅੱਛਾ ਹਾਂ ਫਿਰ ਉਸ ਤੋਂ ਬਾਅਦ ਤੁਸੀਂ ਇੰਨੇ ਸਾਲ ਕਿਵੇਂ ਕੱਢੇ ਬਿਮਾਰੀ ਦੇ ਉਸ ਤੋਂ ਬਾਅਦ ਕਿ ਮੈਂ ਇੱਕ ਮੈਨੂੰ ਕਿਸੇ ਨੇ ਦੱਸਿਆ ਕਿ ਬਾਬਾ ਜੀ ਸੀਗੇ ਕੋਈ ਅੱਛਾ ਜੀ ਉਹਦੇ ਬਾਰੇ ਦੱਸਿਆ ਕਿ ਵੀ ਉਹ ਸੈੱਟ ਕਰ ਦਿੰਦੇ ਨੇ ਤੇ ਉਹ ਕਹਿੰਦੇ ਘੱਟ ਹੀ ਖਰਚੇ 'ਚ ਹੋ ਜਾਂਦਾ 2,000-2,500 ਰੁਪਈਆ ਅੱਛਾ ਨਾ ਉਹਨਾਂ ਨੂੰ ਪੈਸੇ ਦਿੱਤੇ ਅੱਛਾ ਤੁਸੀਂ 2,500 ਰੁਪਏ ਲੈ ਤਾ 2,500 ਰੁਪਏ ਦੇ ਦਿੱਤਾ ਜੀ ਅੱਛਾ ਕੀ ਕੀਤਾ ਫਿਰ ਉਹਨਾਂ ਨੇ 2,500 ਰੁਪਏ ਲੈ ਕੇ ਬਸ ਨਾਮ ਐਡਰੈਸ ਪਤਾ ਲਿਖ ਕੇ ਲੈ ਗਏ ਕਹਿੰਦੇ ਤੁਹਾਨੂੰ ਫਰਕ ਪੈ ਜਾਊਗਾ ਜੀ ਅੱਛਾ ਤੁਹਾਨੂੰ ਨਾਮ ਐਡਰੈਸ ਲਿਖ ਕੇ ਲੈ ਗਏ ਕਹਿੰਦੇ ਪਤਾ ਲੱਗ ਗਿਆ ਫਰਕ ਪੈ ਜਾਊਗਾ ਹਾਂ ਜੀ ਹਾਂ ਜੀ ਉਹ ਕਹਿੰਦੇ ਮਹੀਨੇ ਤੁਸੀਂ ਮੈਨੂੰ ਛੇੜਿਓ ਨਾ ਅੱਛਾ ਵੀ ਮੈਂ ਫੋਨ ਫੋਨ ਨਹੀਂ ਕਰਨਾ ਤੁਸੀਂ ਆਪਣੇ ਆਪ ਹੀ ਸਹੀ ਹੋ ਜਾਓਗੇ ਅੱਛਾ ਜੀ ਹਾਂ ਤੇ ਮੈਂ ਉਹਨਾਂ ਨੂੰ ਫਿਰ ਫੋਨ ਫਾਨ ਕੀਤਾ ਨਹੀਂ ਹੈਗਾ ਕਿਉਂਕਿ ਗੱਲ ਹੀ ਇਹ ਹੋਈ ਸੀ ਮਹੀਨੇ ਫੋਨ ਨਹੀਂ ਅੱਛਾ ਉਹਨਾਂ ਕਹਿੰਦੇ ਤੂੰ ਮਹੀਨਾ ਛੇੜਨਾ ਨਹੀਂ ਹੈਗਾ ਹਾਂ ਮੈਂ ਛੇੜਿਆ ਹੀ ਹੈ ਉਹਨਾਂ ਦਾ ਮਹੀਨੇ ਬਾਅਦ ਆਪ ਹੀ ਫੋਨ ਆਇਆ ਜੀ ਤੁਹਾਡਾ 1000 ਰੁਪਇਆ ਹੋਰ ਲੱਗਣਾ ਅੱਛਾ ਕਹਿੰਦੇ 1000 ਰੁਪਇਆ ਹੋਰ ਲੱਗਣਾ ਹਾਂਜੀ ਹਾਂਜੀ ਕਹਿੰਦੇ 1000 ਰੁਪਇਆ ਹੋਰ ਲੱਗਣਾ ਤੁਸੀਂ ਸਹੀ ਹੋ ਜਾਓਗੇ ਮੈਂ ਮੇਰੇ ਕੋਲ 1000 ਰੁਪਇਆ ਨਹੀਂ ਹੈਗਾ ਉਸੇ ਪਹਿਲੀ ਗੱਲ ਤਾਂ ਜਿਹੜੀ ਪ੍ਰੋਬਲਮ ਸੀ ਵੀ ਸੇਮ ਦੀ ਸੇਮ ਪ੍ਰੋਬਲਮ ਹੈ ਮੈਨੂੰ ਕੋਈ ਫਰਕ ਨਹੀਂ ਪਿਆ ਅੱਛਾ ਜੀ ਮੈਂ ਕਿਹਾ ਕੋਈ ਨਹੀਂ ਤੁਸੀਂ ਫਿਰ ਵੀ 1000 ਰੁਪਇਆ ਕਰਾ ਦਿਓ ਸਹੀ ਮੈਂ ਫੋਨ ਕੱਟੋ ਤੁਸੀਂ ਮੈਨੂੰ ਕੋਈ ਫਾਇਦਾ ਨਹੀਂ ਹੈਗਾ ਮੈਂ ਕਿੱਥੋਂ ਹੋਰ ਹੀ ਦਿਖਾਉਂਗਾ ਅੱਛਾ ਜੀ ਤੇ ਮੈਨੂੰ ਸਹੀ ਸਹੀ ਲੱਗ ਸਹੀ ਲੱਗ ਆਪਣੇ ਭਾਜੀ ਸੀਗੇ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਦੱਸਿਆ ਆਪਣੇ ਹਸਪੀਟਲ ਬਾਰੇ ਰਾਣਾ ਅੱਛਾ ਰਾਣਾ ਹਸਪੀਟਲ ਬਾਰੇ ਦੱਸਿਆ ਉਹਨਾਂ ਨੇ ਤੁਹਾਨੂੰ ਕਹਿੰਦੇ ਕਿ ਤੁਸੀਂ ਉੱਥੇ ਜਾਓ ਬਹੁਤ ਵਧੀਆ ਮਤਲਬ ਟ੍ਰੀਟ ਕਰਦੇ ਨੇ ਬਹੁਤ ਵਧੀਆ ਟ੍ਰੀਟਮੈਂਟ ਹੈ ਬਹੁਤ ਵਧੀਆ ਵੀ ਲੱਗੇ ਅੱਛਾ ਇੱਥੇ ਆ ਕੇ ਤੁਸੀਂ ਆਪਣਾ ਇਲਾਜ ਕਰਾਇਆ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋਇਆ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਰਹੇ ਕੋਈ ਦਿੱਕਤ ਨਹੀਂ ਹੈ ਕਿਸੇ ਤਰ੍ਹਾਂ ਦੀ ਆਪਰੇਸ਼ਨ ਤੋਂ ਪਹਿਲਾਂ ਜਾਂ ਬਾਅਦ ਕੋਈ ਪਰੇਸ਼ਾਨੀ ਹੈ ਕੋਈ ਪਰੇਸ਼ਾਨੀ ਜਿਹੜੇ ਰਾਣਾ ਹਸਪਤਾਲ ਦੇ ਸਟਾਫ ਡਾਕਟਰ ਸਟਾਫ ਵੀ ਬਹੁਤ ਵਧੀਆ ਹੈ ਵਧੀਆ ਟ੍ਰੀਟ ਕੀਤਾ ਸਾਰਿਆਂ ਨੇ ਹਾਂਜੀ ਹਾਂਜੀ ਹੋਰ ਵੀ ਕਿਤੇ ਦਿਖਾਇਆ ਜੀ ਤੁਸੀਂ ਮੈਂ ਦਿਖਾਇਆ ਜੀ ਰਾਜਸਥਾਨ ਹੈ ਜੋ ਇੱਕ ਜਗ੍ਹਾ ਹੈ ਉੱਥੇ ਵੀ ਮਤਲਬ ਇੱਕ ਸੈਨੀ ਮੈਡੀਕਲ ਦੇ ਨਾਮ ਤੇ ਮੈਡੀਕਲ ਹੈ ਅੱਛਾ ਜੀ ਤੇ ਉਹ ਦੇਸੀ ਤੇ ਅੰਗਰੇਜ਼ੀ ਸਾਰੇ ਉਹ ਇਲਾਜ ਕਰਦੇ ਨੇ ਦੋਨੇ ਅੱਛਾ ਜੀ ਤੇ ਉਹਨਾਂ ਦੇ ਵਿੱਚੋਂ ਉਹ ਕਹਿੰਦੇ ਕਿ ਵੀ ਉੱਥੇ ਕੇਲੇ ਲੈ ਕੇ ਜਾਣੇ ਪੈਂਦੇ ਨੇ ਅੱਛਾ ਉੱਥੇ ਕੇਲੇ ਲੈ ਕੇ ਜਾਣਾ ਤੇ ਉਹ ਕੇਲੇ ਦੇ ਵਿੱਚ ਹੀ ਉੱਥੇ ਦਵਾਈ ਦਿੰਦੇ ਨੇ ਅੱਛਾ ਜੀ ਉਹ ਆਟੋਮੈਟਿਕ ਅੰਦਰੋਂ ਹੀ ਤਿਆਰ ਕਰਕੇ ਲੈ ਕੇ ਆਉਂਦੇ ਨੇ ਤੇ ਕੇਲਾ ਮਤਲਬ ਸਾਰਾ ਖਾਣਾ ਮਿਲਦਾ ਅੱਛਾ ਇੱਕੋ ਵਾਰ ਤਾਂ ਸਾਰਾ ਕੇਲਾ ਖਾਣਾ ਇੱਕੋ ਵਾਰ ਤੇ ਸਾਰਾ ਪੂਰਾ ਸਟੰਟ ਕਰਾਉਂਦੇ ਨੇ ਮਤਲਬ ਹਾਂਜੀ ਕੇਲਾ ਬਿਲਕੁਲ ਬੰਦ ਹੋ ਜਾਂਦਾ ਲਾਈਫ ਟਾਈਮ ਲਈ ਕਿ ਵੀ ਕੇਲੇ ਬਿਲਕੁਲ ਬੰਦ ਅੱਛਾ ਕੇਲਾ ਖਾਣਾ ਬੰਦ ਉਸ ਤੋਂ ਬਾਅਦ ਕੇਲੇ ਤੋਂ ਸਨਿਆਸ ਹਾਂਜੀ ਤਾਂ ਉਸ ਤੋਂ ਬਾਅਦ ਬਸ ਹੋਰ ਵੀ ਕਿਸੇ ਬਾਬੇ ਕੋਲ ਦਿਖਾਇਆ ਜੀ ਹਾਂ ਬਸ ਬਾਬੇ ਕੋਲ ਤਾਂ ਮੈਂ ਤਾਂ 3-4 ਜਗ੍ਹਾ ਇਹ ਚੀਜ਼ਾਂ ਦੇਖ ਕੇ ਤਿੰਨ ਜਗ੍ਹਾ ਪਰ ਮੈਂ ਬਸ ਦੂਜੀ ਜਗ੍ਹਾ ਆ ਇੱਥੇ ਹੀ ਆਇਆ ਬਹੁਤ ਵਧੀਆ ਕਿਉਂਕਿ ਸਾਰੇ ਕਿਤੇ ਜਾ ਕੇ ਤੁਸੀਂ ਦੇਖਿਆ ਵੀ ਦੇਸੀ ਚ ਵੀ ਜਾ ਕੇ ਦੇਖ ਲਿਆ ਬਾਬਿਆਂ ਦੇ ਝਾੜ ਫੂਸ ਚ ਵੀ ਜਾ ਕੇ ਮੇਰਾ ਵਿਸ਼ਵਾਸ ਨਹੀਂ ਹੋ ਗਿਆ ਸੀਗਾ ਮੈਂ ਯਾਰ ਇਹਦਾ ਪ੍ਰੋਬਲਮ ਰਹਿਣੀ ਹੀ ਰਹਿਣੀ ਅਗਰ ਨਹੀਂ ਕਿੱਥੇ ਮੈਨੂੰ ਕੋਈ ਕਹਿੰਦਾ ਵੀ ਸੀ ਮੈਂ ਸੈੱਟ ਹੋ ਜਾਏ ਮੈਂ ਸੈੱਟ ਹੋ ਜਾਏ ਯਾਰ ਮੈਂ ਸੈੱਟ ਪਤਾ ਨਹੀਂ ਕਦ ਹੋਊਗਾ ਤੁਸੀਂ ਦੱਸ ਰਹੇ ਸੀ ਵੀ ਛੱਲਾ ਵੀ ਪਾਇਆ ਸੀਗਾ ਕਿਸੇ ਨੇ ਹਾਂ ਇਹ ਇੱਕ ਛੱਲਾ ਹੈ ਜੀ ਇਹ ਮਤਰਾ ਆਇਆ ਹੋਇਆ ਸੀਗਾ 2014 ਚ ਹੀ ਪਾ ਲਿਆ ਸੀਗਾ ਅੱਛਾ 14 ਚ ਪਾ ਲਿਆ ਸੀ ਹਾਂ ਤਾਂ ਇਹਦੇ ਨਾਲ ਬਸ ਮੇਰਾ ਇਹ ਹੈ ਕਿ ਇਹ ਵੀ ਬਵਾਸੀਰ ਵਾਸਤੇ ਪਾਇਆ ਸੀ ਬਵਾਸੀਰ ਵਾਸਤੇ ਤੁਸੀਂ ਹੁਣ ਇੱਥੇ ਰਾਣਾ ਹਸਪਤਾਲ ਜਾ ਕੇ ਆਪਣਾ ਟ੍ਰੀਟਮੈਂਟ ਕਰਵਾ ਕੇ ਸੈਟੀਸਫਾਈਡ ਹੋ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਲੱਗਿਆ ਮੈਨੂੰ ਵੀਰੇ ਇਸ ਤਰ੍ਹਾਂ ਹੀ ਬਹੁਤ ਪੇਸ਼ੈਂਟ ਨੇ ਜਿਹੜੇ ਇਹਨਾਂ ਅੰਧ ਵਿਸ਼ਵਾਸਾਂ ਦੇ ਵਿੱਚ ਫਸੇ ਹੋਏ ਨੇ ਕੋਈ ਬਾਬੇ ਕੋਲ ਜਾਂਦਾ ਹੈ ਕੋਈ ਹੱਥ ਵਾਲਾ ਕਰਾਉਂਦਾ ਹੈ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਉਹਨਾਂ ਸਾਰੇ ਲੋਕਾਂ ਨੂੰ ਤੁਸੀਂ ਆਪਣੇ ਕੋਲ ਨਾ ਇੱਕ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਉਹਨਾਂ ਨੂੰ ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਡੁੱਬਦੇ ਨੂੰ ਤਾਂ ਤਿੰਨਕੇ ਦਾ ਸਹਾਰਾ ਹੁੰਦਾ ਕੋਈ ਵੀ ਹੱਥ ਫੜਾ ਦਿੰਦਾ ਕਿ ਤੂੰ ਆਹ ਚੀਜ਼ ਕਰ ਲੈ ਹਾਂਜੀ ਹਾਂ ਉਹ ਮਤਲਬ ਉਸ ਚੀਜ਼ ਨੂੰ ਸਹੀ ਮੰਨ ਲੈਂਦਾ ਕਿ ਬਈ ਇਹ ਠੀਕ ਹੈ ਇਹ ਬੰਦਾ ਕਹਿ ਰਿਹਾ ਤਾਂ ਆਪਾਂ ਟਰਾਈ ਕਰਨ ਦੀ ਕੀ ਜਾਂਦਾ ਹਾਂਜੀ ਹਾਂ ਪਰ ਉਹ ਮੈਂ ਕਹਿੰਦਾ ਜੀ ਪੈਸੇ ਬਰਬਾਦ ਕਰਨਾ ਜਿਹੜੀ ਚੀਜ਼ ਜੜ ਤੋਂ ਖਤਮ ਕਰਨੀ ਹੈ ਤਾਂ ਸਹੀ ਬੰਦੇ ਦੀ ਮਤਲਬ ਸਹੀ ਜਗ੍ਹਾ ਦੀ ਪਤਾ ਕਰੋ
ਤੇ ਸਹੀ ਜਗ੍ਹਾ ਮੈਨੂੰ ਆਪਣਾ ਰਾਣਾ ਹਸਪੀਟਲ ਜਿਹੜਾ ਸਰਹੰਦ, ਹਾਂਜੀ ਮੈਨੂੰ ਇਸ ਬਾਰੇ ਦੱਸਿਆ ਸੀਗਾ ਭਾਜੀ ਨੇ, ਮੈਂ ਉਹਨਾਂ ਦਾ ਸਪੈਸ਼ਲ ਥੈਂਕਸ ਕਰਦਾ ਤੇ ਆਪਣੇ ਰਾਣਾ ਹਸਪੀਟਲ ਦਾ ਵੀ ਤੇ ਪੂਰਾ ਸਟਾਫ ਦਾ, ਜੋ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੇਰਾ ਟ੍ਰੀਟਮੈਂਟ ਬਹੁਤ ਹੀ ਵਧੀਆ ਤਰੀਕੇ ਨਾਲ ਹੋਇਆ। ਮੈਂ ਹੋਰਾਂ ਨੂੰ ਵੀ ਕਹਿੰਦਾ, ਜੋ ਜ਼ਿਆਦਾਤਰ ਇਹ ਪ੍ਰੋਬਲਮ ਬਹੁਤ ਬੰਦਿਆਂ ਨੂੰ ਹੋ ਜਾਂਦੀ ਹੈ, ਤਾਂ ਇੱਥੋਂ ਆਪਣਾ ਇਲਾਜ ਕਰਾਉਣ। ਥੈਂਕ ਯੂ ਵੀਰ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਤੁਸੀਂ ਬਹੁਤ ਵਧੀਆ ਮੈਸੇਜ ਦਿੱਤਾ ਹੈ ਕਿ ਲੋਕਾਂ ਨੂੰ, ਜਿਵੇਂ ਕਿ ਵੀਰ ਜੀ ਕਹਿ ਰਹੇ ਕਿ ਅੰਧ ਵਿਸ਼ਵਾਸਾਂ 'ਚ ਪੈਣ ਦੀ ਲੋੜ ਨਹੀਂ ਹੈਗੀ, ਉਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ। ਜਿਹੜੇ ਵੀ ਪੇਸ਼ੈਂਟ ਨੂੰ ਪ੍ਰੋਬਲਮ ਆ, ਉਹਨੂੰ ਆਪਣੇ ਆਪ ਇਮੀਡੀਏਟਲੀ ਆ ਕੇ ਆਪਣਾ ਚੈੱਕਅਪ ਕਰਾਉਣਾ ਚਾਹੀਦਾ ਤੇ ਟ੍ਰੀਟਮੈਂਟ ਕਰਵਾਉਣਾ ਚਾਹੀਦਾ, ਬਿਮਾਰੀ ਨੂੰ ਵਧਾਉਣਾ ਨਹੀਂ ਚਾਹੀਦਾ, ਟਾਈਮ ਸਿਰ ਇਲਾਜ ਕਰਾਉਣਾ ਚਾਹੀਦਾ। ਇਹ ਵਧੀ ਜਾਂਦੀ ਹੈ ਜੀ ਇਹ ਕਦੇ ਵੀ, ਕਿਉਂਕਿ ਇਲਾਜ ਸਹੀ ਇਲਾਜ ਸਹੀ ਐਜੂਕੇਸ਼ਨ ਚਾਹੀਦੀ ਹੈ। ਹਾਂਜੀ ਹਾਂਜੀ, ਇਹ ਅਵੇਅਰਨੈਸ ਵੀ ਜ਼ਰੂਰੀ ਹੈ। ਅਵੇਅਰਨੈਸ, ਠੀਕ ਹੈ, ਥੈਂਕ ਯੂ ਜੀ।